ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਤਾਂ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਪਿੰਡ ਤੁੰਗਾ ਹੇੜੀ, ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ। ਗਾਵਾਂ ਤਾਂ ਕਾਫੀ ਦਿਖਾਉਣ ਆਏ ਤੇ, ਪਰ ਵਿੱਚੋਂ ਗਾਵਾਂ ਕੁਝ ਬਾਈ ਦੀਆਂ ਸੇਲ ਹੋ ਗਈਆਂ। ਹਾਲ ਫਿਲਹਾਲ ਦਿਖਾਊਂਗਾ ਚਾਰ ਗਾਵਾਂ, ਇੱਕ ਬਾਈ ਹੋਰਾਂ ਨੇ ਖਰੀਦੀ ਆ ਗਾਂ, ਗੱਲਬਾਤ ਉਹਨਾਂ ਨਾਲ ਵੀ ਕਰਾ ਦੂੰਗਾ। ਤੇ ਜੇ ਗੱਲ ਕਰ ਲਈਏ, ਪਹਿਲਾਂ ਵੀ ਬਾਈ ਵਰਗੇ ਦੋ ਤਿੰਨ ਗਾਵਾਂ ਬਾਈ ਤੋਂ ਲੈ ਕੇ ਗਏ ਨੇ, ਉਹਨਾਂ ਦਾ ਰਿਵਿਊ ਵੀ ਆਪਾਂ ਤੁਹਾਨੂੰ ਵੀਡੀਓ 'ਚ ਹੀ ਦੇ ਦਾਂਗੇ। ਆਜੋ ਬਾਈ, ਆਜੋ ਬਾਈ, ਤੇ ਬਾਈ ਨਾਲ ਕਰਾ ਦੇਣਾ ਗੱਲਬਾਤ। ਬਾਈ ਤੂੰ ਪੁੱਛ ਲੈਂਦੇ ਆਪਾਂ ਵੀ ਕੀ ਰਿਜ਼ਲਟ ਆ ਬਾਈ ਹੋਰਾਂ ਦਾ ਤੇ ਕਿੱਦਾਂ ਦੀਆਂ ਗਾਵਾਂ ਦਿੰਦੇ ਆ, ਆ ਨਾਮ ਦੱਸ ਦਿਓ ਬਾਈ। ਬਾਈ ਹਰਮਿੰਦਰ ਸਿੰਘ ਆਈ ਗੋਗਾ, ਮੇਰਾ ਨਾਮ ਰਾਜੂਆਣਾ, ਪਿੰਡ ਕਲਾਬ ਰਾਜੂਆਣੀ ਤੋਂ, ਰਾਜੂਆਣਾ ਕਲਾਬ ਪਿੰਡ। ਠੀਕ ਹੈ, ਗੱਲ ਅੱਗੇ ਲੈ ਗਏ ਕੰਮ ਬਾਈ? ਇਹਨਾਂ ਕੋਲ ਤਿੰਨ ਚਾਰ ਗਾਂ ਲੈ ਗਏ, ਜੋ ਵੀਰ ਹੋਣੀ ਦੱਸਦੇ ਨੇ ਸੱਚਾਈ ਨਾਲ ਦੱਸਦੇ ਨੇ। ਠੀਕ ਹੈ, ਜਿੰਨਾ ਦੁੱਧ ਦੱਸਦੇ ਨੇ ਉਨਾ ਹੀ ਦੁੱਧ ਹੁੰਦਾ, ਜਿੰਨੀ ਜਿੱਦਾਂ ਦੀ ਆਪਾਂ ਕਹਿ ਰਹੀਏ ਵੀ ਜਿਹੜੀ ਗੱਲਬਾਤ ਦੱਸਦੇ ਆ ਜੈਨੂਅਨ ਹੁੰਦੀ ਆ ਤਕਰੀਬਨ। ਹਾਂਜੀ ਹਾਂਜੀ ਹਾਂਜੀ, ਫੇਕ ਤਾਂ ਨਹੀਂ ਕੰਮ? ਨਾ ਜੀ, ਨਾ ਡਰੀ, ਨਾ ਦਬੋ, ਨਾ ਮੈਡਮ ਕੋਈ ਚੱਕਰ ਨਹੀਂ, ਇਹੀ ਗੱਲ ਜੈਨੂਅਨ ਦੱਸਦੇ ਸਾਰੀ ਗੱਲ। ਹਾਂਜੀ ਜੈਨੂਅਨ ਜੀ। ਠੀਕ ਹੈ ਗੱਲ। ਹਾਂਜੀ, ਤੇ ਰੇਟ ਕਿੱਦਾਂ ਦਾ ਹੁੰਦਾ ਬਾਈ ਹੋਰਾਂ ਦਾ? ਰੇਟ ਹੀ ਬਿਲਕੁਲ ਸਹੀ ਰੇਟ ਆ, ਅਸੀਂ ਬਹੁਤ ਥਾਵਾਂ ਤੇ ਜਾ ਕੇ ਆਏ ਆ ਅੱਜ, ਸਾਨੂੰ ਮਤਲਬ ਕੋਈ ਜਾਇਜ਼ ਰੇਟ ਨਹੀਂ ਲੱਗਿਆ, ਇਥੋਂ ਜਾਇਜ਼ ਰੇਟ ਤੇ ਸੀ। ਠੀਕ ਹੈ ਗੱਲ। ਕਹਿਣ ਦਾ ਭਾਵ ਮਾਰਕੀਟ ਘੁੰਮ ਕੇ ਸਾਰੀ ਤਸੱਲੀ ਕਰਕੇ ਫੇਰ ਪਹੁੰਚਿਆ ਉਰੇ, ਇਥੋਂ ਹੈ ਤਸੱਲੀ ਪੂਰੀ? ਹਾਂਜੀ ਪੂਰੀ, ਇਥੋਂ ਬਾਈ ਕਹਿੰਦਾ ਪੂਰੀ ਤਸੱਲੀ ਆ। ਤੇ ਬਾਕੀ ਗੱਲਬਾਤ ਤੁਹਾਡੀ ਹੁਣ ਲਾਟੀ ਨਾ ਕਰਾ ਦੂੰਗਾ, ਕੱਲੀ ਕੱਲੀ ਗਾਂ ਖੋਲ ਕੇ ਤੋਰ ਕੇ ਦਿਖਾ ਦੂੰਗਾ। ਤੇ ਜਿਹੜਾ ਰੇਟ ਆ, ਰੇਟ ਆਪਾਂ ਸਾਰੀਆਂ ਗਾਵਾਂ ਦਾ ਤਕਰੀਬਨ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ। ਜਿਹੜਾ ਬਾਈ ਦਾ ਰੇਟ ਆ, ਰੇਟ ਵੀ ਤਕਰੀਬਨ ਬਾਈ ਦਾ ਮੰਦਾ ਹੀ ਹੁੰਦਾ। ਹੋਰ ਲਾਡੀ ਕਿਵੇਂ? ਵਧੀਆ ਬਾਈ, ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ? ਹਾਂਜੀ ਬਾਈ, ਚੜ੍ਹਦੀ ਕਲਾ ਜੀ। ਗਾਵਾਂ ਆਪਾਂ ਕਈ ਦਿਖਾਉਣੀਆਂ ਸੀ, ਕੁਝ ਸੇਲ ਹੋ ਗਈਆਂ। ਹਾਂਜੀ ਵੀਰੇ, ਅਬ ਹਾਲ ਫਿਲਹਾਲ ਚਾਰ ਦਿਖਾਵਾਂਗੇ, ਇੱਕ ਤੋਪੜ ਗੱਬਣ ਵੀ ਆ ਨਾ। ਕਿਹੜੇ ਬੰਨੇ ਕਰੀਏ ਸ਼ੁਰੂ? ਫਿਰ ਉਧਰ ਹੀ ਕਰ ਲਈ, ਇਧਰੋਂ ਕਰ ਲਈ। ਹਾਂਜੀ, ਆ ਜਾ ਬਿੱਲੇ, ਇੱਕ ਨੰਬਰ ਵਾਲੀ ਤੇ ਮਾਰ ਦੇ ਕੈਮਰਾ, ਤੋੜ ਦੇ ਬਾਈ ਖੋਲ ਕੇ। ਸੂਆ ਕਿਹੜਾ ਲਾਡੀ ਦਾ ਬਾਈ? ਦੂਏ ਸੂਏ ਆ, ਦੂਜਾ ਸੂਆ ਨਹੀਂ ਗੱਬਣ। ਅੱਛਾ, ਗੱਬ ਤੋਕੜ ਗੱਬਣ? ਹਾਂ, ਤੋਕੜ ਗੱਬਣ ਵੀਰੇ। ਇਹ ਬੱਚੀ ਆ ਸੱਜਣੋ, ਤੋਕੜ ਗੱਬਣ ਆ ਗਈ ਜਰਸੀ ਚ, 3 ਮਹੀਨਿਆਂ ਦੀ ਬਾਈ। ਕਹਿੰਦਾ ਗੱਬਣ ਚੈੱਕ ਪਾਸ ਆ, ਬੱਚਾ ਹੈਗਾ ਲਾਡੀ ਨਾਲ? ਨਹੀਂ, ਬੱਚਾ ਨਹੀਂ ਹੈਗਾ ਵੀਰੇ। ਆ ਬੱਚਾ ਬਾਈ ਕਹਿੰਦਾ ਨਾਲ ਹੈਗਾ ਨਹੀਂ, ਇਹਦੇ ਤੇ ਮਿਲਦੀ ਕਿਵੇਂ ਆ ਬਾਈ? ਚਾਟ ਤੇ ਬਸ ਪਾਉਣੀ ਆ, ਚਾਟ ਪਾ ਲਓ, ਨਹੀਂ ਲੋੜ ਨਹੀਂ। ਟੀਕਾ ਟੂਕਾ ਤਾਂ ਨਹੀਂ ਮੰਗਦੀ? ਨਹੀਂ ਨਹੀਂ ਵੀਰੇ, ਨਾ। ਇੱਕ ਗੱਲ ਹੋਰ ਦੱਸ ਦੇਣਾ, ਨਾਲੇ ਥੌਂ ਵੀ ਘੱਟ ਰੋਕੂਗੀ, ਹਾਈਟ ਆ ਗਈ ਇਹਦੀ, ਛੋਟੀ ਹਾਈਟ ਚ ਆ ਗਈ, ਕਿਉਂਕਿ ਜਿਹਦੀ ਹਾਈਟ ਮੀਡੀਅਮ ਹੋਊ ਮੀਡੀਅਮ ਦੱਸ ਦੂੰਗਾ, ਤੇ ਜਿਹੜੀ ਵੱਡੀ ਹੋਊ ਆਪਾਂ ਵੱਡੀ ਦੱਸ ਦਾਂਗੇ। ਹਾਈਟ ਚ ਆ ਗਈ ਛੋਟੀ, ਜਿਵੇਂ ਅੱਗੇ ਆਪਾਂ ਬਾਈ ਹੋਰਾਂ ਕੋਲੋਂ ਤੁਹਾਨੂੰ ਨਾ ਇੱਕ ਮੇਰਾ ਖਿਆਲ ਆ ਨੈਨੋ ਦਿਖਾਈ ਸੀ ਹੈ ਨਾ ਛੋਟੀ, ਉਹਦੇ ਜਿੱਡੀ ਕਾ ਹਾਈਟ ਇਹਦੀ ਛੋਟੀ ਆ। 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਗਈ ਜਰਸੀ ਚ। ਦੁੱਧ ਕਿੰਨਾ ਲਾਡੀ ਹੁਣ? ਦੁੱਧ ਬਈ 4-5 ਕਿਲੋ ਹੈਗਾ ਇਹਦੇ ਕੋਲੇ, ਆਈ ਆਪਣੇ ਕੋਲੇ। ਠੀਕ ਆ ਗੱਲ, ਲੋਖੰਡ ਹੋਰ ਵਧਾ ਜੂ। ਹਾਂ ਵੀ, ਉਧਰ ਨਾਲੋਂ ਇੱਧਰ ਦੀ ਸੇਵਾ ਦਾ ਬੱਟਾ ਹਨਾ, ਉਧਰ ਤਾਂ ਮੰਨ ਲਓ ਵੀ ਇਹ ਚੜਦੀਆਂ ਚੁਰਦੀਆਂ, ਪਰ ਇੱਧਰ ਜਿਵੇਂ ਆਪਾਂ ਗੱਲਬਾਤ ਕਰ ਲਈਏ ਸੇਵਾ ਨਾਲ ਥੋੜਾ ਬਹੁਤਾ ਅਪਡੇਟ ਕਰਨ ਦੀ ਚਾਂਸ ਰਹਿੰਦੇ ਆ। ਤੇ ਬਾਕੀ 3 ਦੀ ਗੱਬਣ ਚੈੱਕ ਪਾਸ ਆ? ਹਾਂ ਵੀਰੇ, ਚੈੱਕ ਪਾਸ। ਪੈਸੇ ਕਿੰਨੇ ਲੈ ਲਾਂਗੇ ਇਹਦੇ? ਇਹ ਤਾਂ 22,000 ਰੁਪਇਆ ਵੀਰੇ। ਹੋ ਜੂ ਮਾਨ ਤਾਂ? ਹਾਂ ਵੀਰੇ, ਉਹਦਾ ਲੈਣ ਦੇਣ ਵਾਲੀ ਹੁੰਦੀ ਆ ਮੁੱਲ ਤਾਂ ਆਪਣੇ। ਠੀਕ ਆ ਗੱਲ। ਤੇ ਬਾਕੀ ਰੇਟ ਬਾਈ ਦੇ ਫਿਕਸ ਜੇ ਹੁੰਦੇ ਆ, ਥੋੜਾ ਬਹੁਤਾ ਮਾਨ ਤਾਂ ਹੋ ਜੂ, ਜੇ ਕਿਸੇ ਭਰਾ ਨੇ 2 ਇਕੱਠੀਆਂ ਲੈਣੀਆਂ ਨੇ ਤਾਂ ਉਹ ਹਜਾ ਹੋ ਜੂਗਾ। ਤੇ ਹੁਣ ਬੱਲੇ ਮਾਰਦੀ ਕੈਮਰਾ 2 ਨੰਬਰ ਵਾਲੀ, ਤੇ ਇਹ ਆ ਗਈ ਬਲੈਕ ਕਲਰ ਚ, ਇਹਦਾ ਸੂਆ ਕਿਹੜਾ ਬਾਈ? ਇਹ ਪਹਿਲਾ ਸੂਆ ਵੀਰੇ। ਪਹਿਲਣ? ਹਾਂਜੀ। ਗੱਬਣਾ ਜਾਂ ਸੂਈ ਵੀ ਆ? ਨਾ, ਤਾਜ਼ੀ ਸੂਈ ਆ ਵੀਰੇ, 12-13 ਦਿਨ ਹੋ ਗਏ, ਬੱਚਾ ਮਰ ਗਿਆ ਆਪਣੀ। ਉਹ ਵੀਡੀਓ ਚ ਪਿਛਲੀ ਵਾਰੀ ਦਿਖਾਈ ਹੋਈ ਆ। ਠੀਕ ਆ, ਉਹ ਵੀਡੀਓ ਚ ਬੱਚਾ ਹੈਗਾ ਇਹਦਾ? ਬੱਚਾ ਹੈਗਾ, ਥੋੜਾ ਜਿਹਾ ਉਪਰਾ ਕਰ ਗਈ ਵੀਰੇ, ਤਾਂ ਕਰਕੇ ਦੁੱਧ ਵੀ ਘਟਾ ਗਈ ਬੱਚੇ ਦਾ। ਠੀਕ ਆ ਗੱਲ, ਸੂਆ ਪਹਿਲਾ? ਸੂਆ ਪਹਿਲਾ ਮਿਲਦੀ ਹੁੰਦਾ ਹੀ ਆ ਵੈਸੇ। ਹੁਣ ਦੁੱਧ ਕਿੰਨਾ? ਹੁਣ ਬਈ 7 ਕਿਲੋ ਹੈ ਇਹਦੇ ਹੱਲੇ। 7 ਕਿਲੋ ਡੰਗ ਤੋਂ ਡੰਗ ਚ ਪਾ ਦਾਂਗੇ? ਹਾਂਜੀ ਹਾਂਜੀ ਵੀਰੇ। ਆ ਸੂਆ ਹੈਗੀ ਆ ਸੱਜਣੋ ਪਹਿਲਾ, ਤੇ ਦੁੱਧ ਬਾਈ ਕਹਿੰਦਾ 7 ਕਿਲੋ ਦੇ ਏੜਗੇੜ ਆ, ਉਹ ਆਪਾਂ ਡੰਗ 2 ਡੰਗ ਤੁਹਾਨੂੰ ਚਬਾ ਕੇ ਦੇ ਦਾਂਗੇ। ਬੱਚਾ ਇਹਦਾ ਹੈ ਨਹੀਂ, ਉਦਾਂ ਵੀਡੀਓ ਵਾਲਾ ਪ੍ਰੂਫ ਬਾਈ ਤੁਹਾਨੂੰ ਦੇ ਦੂਗਾ, ਜਿਹੜੀ ਦੇ ਵਿੱਚ ਵੀਡੀਓ ਦੇ ਬੱਚਾ ਨਾਲ ਖੜਾ। ਆਪਣੀ ਵੀਡੀਓ 'ਚ 10 ਕਿਲੋ ਦੁੱਧ ਸੀਗਾ ਇਹਦੇ ਹੱਲੇ। ਠੀਕ ਆ ਗੱਲ, ਬੱਚਾ ਮਰਨ ਕਰਕੇ ਹੁਣ 7 ਕਿਲੋ ਆ। ਤੇ ਮਿਲਦੀ ਕਿਵੇਂ ਹੁਣ? ਉਦਾਂ ਹੀ ਬਾਈ, ਬਸ ਚਾੜਤੀ। ਉਦਾਂ ਕੋਈ ਟੀਕਾ ਟੱਪਾ? ਨਾ ਨਾ ਨਾ, ਇੱਥੋਂ ਸਾਰੀ ਦਿਖਾ ਦੀ ਪਹਿਲੇ, ਪਛਾਣ ਹੋ ਗਈ, ਇੱਥੋਂ ਦਿਖਾ ਦੀ। ਇਹਦੇ ਪੈਸੇ ਕਿੰਨੇ ਲਵਾਂਗੇ ਅੱਜ? ਇਹਦਾ 17,000 ਰੁਪਏ ਵੀਰੇ। 17,000 ਰੁਪਏ ਦਾ ਮੁੱਲ ਆ, ਮਾੜਾ ਮੋਟਾ ਹੋ ਜੂ ਕਨਸੈਸ਼ਨ ਇਹਦੇ ਚੋਂ? ਕੋਈ ਨਹੀਂ, ਛੋੜ ਸੱਪਾ ਕਰ ਦਾਂਗੇ ਮਾੜਾ ਮੋਟਾ। ਠੀਕ ਆ ਗੱਲ, ਤੇ ਰੇਟ ਉਹੀ ਗੱਲ ਆ ਵੀ ਇਹ 7 ਕਿਲੋ ਵੀ ਦਿੰਦੀ ਆ। ਤੇ ਜਿਹੜੀਆਂ ਜਰਸੀਆਂ ਹੁੰਦੀਆਂ ਯਾਰ, ਇਹਨਾਂ ਦੀ ਫੈਟ ਹੁੰਦੀ ਆ, ਜਿਹੜੀ ਫੈਟ ਤਕਰੀਬਨ
ਮੱਝਾਂ ਦੇ ਬਰਾਬਰ ਤਾਂ ਮੈਂ ਨਹੀਂ ਕਹਿ ਸਕਦਾ, ਪਰ ਦੂਜੀਆਂ ਗਾਵਾਂ ਨਾਲੋਂ ਉੱਪਰ ਹੁੰਦੀ ਆ, 5-0 ਦੇ ਆਸ ਪਾਸ ਫੈਟ ਹੁੰਦੀ ਆ। ਤੇ ਜਿਹੜਾ ਰੇਟ ਬਾਈ ਨੇ ਦੱਸਿਆ ਵੀ ਰੇਟ ਵੀ ਐਂ ਮੰਨ ਲਓ ਵੀ 15,000 ਤਾਂ ਬੱਛੀ ਵਾਲਾ ਸੀਨ ਵੀ ਨਹੀਂ ਹੈਗਾ ਹਨਾ, ਬੱਛੀਆਂ ਵੀ 40-45 ਤੇ ਪਹੁੰਚ ਗਈਆਂ HF ਦੀਆਂ, ਬਾਕੀ ਯਾਰ ਡੰਗ ਸਾਰੀ ਜਾਊ। ਜਿਵੇਂ ਕਿਸੇ ਨੋਰਮਲ ਸੱਜਣ ਨੇ ਲੈਣੀ ਆ, ਨੋਰਮਲ ਭਰਾ ਨੇ ਜ਼ਿਆਦਾ ਰੇਟ ਨਹੀਂ ਲਾ ਸਕਦਾ, ਇਹ ਬਾਈ ਕਹਿੰਦਾ 17 ਇਹਦਾ ਮੁੱਲ ਆ, ਥੋੜ੍ਹਾ ਬਹੁਤਾ ਹੋ ਜਾਊਗਾ, ਤੇ ਜ਼ਿਆਦਾ ਅੰਤਰ ਨਹੀਂ ਹੈਗਾ ਇਹਦੇ 'ਚ, 10-12 ਦਾ ਸੀਨ ਨਹੀਂ ਹੈਗਾ, ਥੋੜਾ ਬਹੁਤਾ 2-400-500 ਇੰਨਾ ਕੀ ਹੋਊ ਵੀਰੇ, ਆਪਾਂ ਮੁੱਲ ਨਹੀਂ ਕਰਦੇ ਹੁੰਦੇ, ਜ਼ਿਆਦਾ ਫਰਕ ਨਹੀਂ ਹੈਗਾ ਗੱਲ 'ਚ। ਤੇ ਹੁਣ ਮਾਰਦੇ 3 ਨੰਬਰ ਵਾਲੀ, ਤੇ ਇਹ ਜਰਸੀ ਦਾ ਸਾਹੀਵਾਲ ਦਾ ਕ੍ਰੋਸ ਆ ਗਿਆ, ਇਹ ਵੱਡੇ ਕੱਦ 'ਚ ਆ ਗਈ, ਇਹਦਾ ਕੱਦ ਕਾਠ ਚੰਗਾ। ਇਹਦਾ ਸੂਆ ਕਿਹੜਾ ਬਾਈ? ਇਹਦਾ ਬਾਈ ਪਹਿਲਾ ਸੂਆ, ਸੂਆ ਪਹਿਲਾ। ਸੂਈ ਨੂੰ ਕਿੰਨਾ ਟਾਈਮ ਹੋ ਗਿਆ? ਸੂਈ ਨੂੰ ਇਹਨੂੰ ਹੋ ਗਏ ਵੀਰੇ 20-25 ਦਿਨ ਬਸ, ਦੁੱਧ ਹਾਜ਼ਰ ਕਿੰਨਾ ਹੁਣ? ਹੁਣ 11 ਤੋਂ ਬਾਹਰ ਹੀ ਆ ਵੀਰੇ, 11 ਮੰਨ ਕੇ ਆਜੇ ਕੋਈ ਵੀ, ਇੱਥੋਂ ਹੌਲੀ ਲੈ ਚੱਲੀ ਅਗਲੇ ਬੰਨੇ ਦਿਖਾ ਦੇ, ਦੁੱਧ ਮੱਝਾਂ ਵਰਗਾ ਗਾੜਾ ਬਾਈ। ਆ ਦੁੱਧ ਇਹਦਾ ਹੈਗਾ ਤਕਰੀਬਨ ਸੱਜਣੋ ਮੱਝਾਂ ਦੇ ਏੜ ਗੇੜ, ਕੱਦ ਵੀ ਚੰਗਾ ਬੱਛੀ ਦਾ, ਆਰਡਰ ਵੀ ਚੰਗਾ ਰੱਖਦੀ ਆ, ਥਣ ਦਾ ਸਾਈਜ਼ ਵੀ ਚੰਗਾ, ਤੇ ਬਾਕੀ ਰੰਗ ਬੈਜ ਵੀ ਸੋਹਣੀ ਆ ਗਈ। ਇਹ ਜਰਸੀ ਤੇ ਸਾਹੀਵਾਲ ਦਾ ਕ੍ਰੋਸ ਆ ਗਿਆ ਨਾ, ਹਾਂਜੀ। ਇਹਦੇ ਪੈਸੇ ਕਿੰਨੇ ਲਵਾਂਗੇ ਅੱਜ ਆਪਾਂ ਬਈ? ਇਹਦਾ 42,000 ਰੁਪਇਆ ਇਹਦਾ ਲਵਾਂਗੇ, 42, ਥੋੜਾ ਬਹੁਤਾ ਮਾਨ ਤਾਨ ਹੋ ਜੂਗਾ ਹਨਾ, ਆ ਜ਼ਿਆਦਾ ਅੰਤਰ ਵਾਲੀ ਗੱਲ ਨਹੀਂ ਹੁੰਦੀ ਕਿਸੇ ਵੀ ਪਸ਼ੂ 'ਚ। ਤੇ ਹੁਣ ਬਿੱਲੇ ਇੱਧਰੋਂ ਦਿਖਾ ਦੀ, ਪਛਾਣ ਵਾਲੇ ਪੱਖ ਇੱਥੋਂ ਦਿਖਾ ਦੀ, ਆਰਡਰ ਕੁਆਲਿਟੀ ਦੇ ਗਾਂ ਵਾਲੇ ਬੰਨੇ ਵੀ ਦਿਖਾ ਦੀ, ਥਣ ਦਾ ਸਹਿਜ ਆ, ਤੇ ਪੂਰੀ ਵੀ ਦਿਖਾ ਦੀ ਬੱਛੀ। ਕਹਿਣ ਦਾ ਭਾਵ ਮੇਰਾ ਹਰੇਕ ਪੱਖ ਤੋਂ ਦਿਖਾ ਦੀ ਬੱਚਾ ਕੀ ਹੈ ਲੱਡੀ ਨਾਲ, ਬੱਚਾ ਵੀਰੇ ਆ ਨਾਲ ਇਹਦੇ ਮੇਲ ਕਾਫ ਆ, ਇਹ 42 ਦੀ ਹੋ ਜੂਗੀ ਪੂਰਿਆਂ ਦੀ। ਹਾਂ ਬਾਈ ਲੈਣ ਦੇ ਨਾਲ ਹੀ ਆ, ਹਾਂ ਇਹਦਾ ਲੈਣ ਦੇਣ ਵਾਲਾ ਸਿਸਟਮ ਹੀ ਆ ਬਾਈ, ਕਹਿੰਦਾ ਇਹ ਦੇ ਦਾਂਗੇ 42,000 ਦੀ। ਇਹ ਆ ਗਈ 3 ਨੰਬਰ ਤੇ ਜਰਸੀ ਤੇ ਸਾਹੀਵਾਲ ਦਾ ਕ੍ਰੋਸ, ਪਹਿਲਾ ਸੂਆ ਤਾਜੀ ਸੂਈ। ਤੇ ਹੁਣ ਮਾਰਦੇ ਇਧਰਲੇ ਬੰਨੇ 4 ਨੰਬਰ ਵਾਲੀ, ਤੇ ਇਹਦਾ ਸੂਆ ਕਿਹੜਾ ਬਾਈ? ਇਹਦਾ ਵੀ ਪਹਿਲਾ ਵੀਰੇ, ਇਹਦੇ ਨਾਲ ਬੱਚਾ ਕੀ ਆ? ਬੱਚਾ ਵੀਰੇ ਇਹਦੇ ਨਾਲ ਵੀ ਮੇਲ ਕਾਫ ਆ, ਬੋਝ ਕੇ ਤੋਰ ਦੇ। ਇਹਦਾ ਸੂਆ ਕਿੰਨੇ ਦਿੰਦਾ ਹੋਊਗਾ ਬਾਈ? ਇਹਨੂੰ ਹੋ ਗਏ ਬਾਈ 12-13 ਦਿਨ ਸੂਈ ਨੂੰ, ਨਾਲਾ ਜਾਣੀ ਚੱਲ ਕੇ ਹਟ ਗਈ। ਦੁੱਧ ਹਾਜ਼ਰ ਕਿੰਨਾ ਹੁਣ? 10 ਕਿਲੋ ਵੀਰੇ, ਡੰਗ 2 ਡੰਗ ਚਵਾ ਦਾਂਗੇ ਆਪਾਂ। ਹਾਂ ਹਾਂ ਬਾਈ, ਹਾਂ ਤਸੱਲੀ ਕਰਾ ਦਾਂਗੇ ਪੂਰੀ ਐਨ ਵੀ। ਚਵਾਈ ਦੀ ਕਿਵੇਂ ਆ? ਚਵਾਈ ਦੀ 1 ਨੰਬਰ ਆ ਬਾਈ, ਪੋਲੀ ਧਾਰ ਆ, 100 ਦੀ 100। ਹਾਂਜੀ, ਇਹ ਵੀ ਜਰਸੀ ਦੇ ਸਾਹੀਵਾਲ ਦਾ ਕ੍ਰੋਸ ਆ ਗਿਆ ਨਾ, ਕ੍ਰੋਸ ਬਣ ਚਾ ਵੀਰੇ, ਉਦਾਂ ਠੰਡੀ ਮਿਲਦੀ ਆ। ਹਾਂ ਹਾਂ ਵੀਰੇ, ਹਾਂ। ਇਹਦਾ ਰੇਟ ਕੀ ਰਹੂਗਾ ਬਾਈ? ਬਾਈ ਇਹਦਾ 27,000 ਰੁਪਇਆ ਇਹ ਦੇਵਾਂਗੇ ਬਾਈ, ਕਹਿੰਦਾ 27 ਦੀ, ਇੱਕ 27 ਦੀ ਮਿਲੂ, ਇੱਕ 42 ਦੀ ਮਿਲੂਗੀ, ਇੱਕ 17 ਦੀ ਮਿਲੂ, ਮੇਰਾ ਖਿਆਲ ਹੈ ਇੱਕ ਦਾ 22 ਕਰਿਆ ਸੀ। ਹਾਂਜੀ ਬਾਈ, ਟੋਕੜ ਇੱਕ ਮਿਲੂਗੀ 22,000 ਦੀ, ਕਿਉਂਕਿ ਰੇਟ ਆ ਬਾਈ ਦਾ, ਜਿਹੜਾ ਰੇਟ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਬਿਲਕੁਲ ਥੋੜਾ ਰੇਟ ਹੀ ਹੁੰਦਾ, ਨਾਰਮਲ ਜਿਹਾ ਰੇਟ ਹੁੰਦਾ, ਹਰੇਕ ਸੱਜਣ ਦੀ ਤਕਰੀਬਨ ਬਾਈ ਪਹੁੰਚ ਜੀ ਵਾਲਾ ਰੇਟ ਹੁੰਦਾ। ਹਾਂ ਵੀਰੇ, ਆਪਣੇ ਮੁੱਲ ਜਾਇਜ਼ ਹੀ ਹੁੰਦੇ ਨੇ, ਠੀਕ ਹੈ। ਆਪਾਂ ਵੈਸੇ ਵੀਰੇ ਮੁੱਲ ਤਾਂ ਆਪਾਂ ਕਰਦੇ ਹੀ ਨਹੀਂ ਹੁੰਦੇ, ਆਪਾਂ ਤਾਂ ਜਿਹੜਾ ਲੈਣਾ ਹੁੰਦਾ ਉਹੀ ਦੱਸ ਦਿੰਦੇ ਤਕਰੀਬਨ ਫਿਕਸ ਜਿਹਾ ਰੇਟ ਹੀ ਹੁੰਦਾ। ਹਾਂ ਬਾਈ, ਹਾਂ ਹਾਂ, ਆ ਨੰਬਰ ਬੋਲ ਦਿਓ ਜੀ, 8290-9796-5598-9898। ਆ ਨੰਬਰ ਬਾਈ ਦੇ ਦੋਏ ਮੈਂ ਵੀਡੀਓ 'ਚ ਚਲਾ ਦੂੰਗਾ, ਤੇ ਬਾਕੀ ਰੁਟੀਨ 'ਚ ਆਪਣੇ ਕੋਲ ਆਉਂਦੀਆਂ ਰਹਿੰਦੀਆਂ। ਹਾਂ ਵੀਰੇ, ਹਾਂ ਆਉਂਦੀਆਂ ਨੇ, ਜ਼ਿਆਦਾ ਕੰਮ ਆਪਣਾ ਜਰਸੀ ਦਾ। ਹਾਂਜੀ, ਆ ਰੁਟੀਨ 'ਚ ਬਾਈ ਕੋਲ ਗਾਵਾਂ ਹੁੰਦੀਆਂ ਤਕਰੀਬਨ ਜਦੋਂ ਮਰਜ਼ੀ ਤੁਸੀਂ ਆ ਜਾਓ, ਸੰਪਰਕ ਬਾਈ ਨਾਲ ਕਰ ਲਿਓ, ਇਹਨਾਂ ਚਾਰਾਂ 'ਚੋਂ ਜਿਹੜੀ ਵੀ ਪਸੰਦ ਆਊਗੀ, ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ। ਧੰਨਵਾਦ ਜੀ।